ਬੇਬਾਕ ਕੁਈਨ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਆਪਣੀ ਅਗਲੀ ਫਿਲਮ ਜੋ ਕਿ ਇੱਕ ਬਾਇਓਪਿਕ ਹੈ ਦਾ ਐਲਾਨ ਕੀਤਾ ਹੈ। ਜੀ ਹਾਂ, ਇਹ ਬਾਇਓਪਿਕ ਕਿਸੇ ਹੋਰ ਦੀ ਨਹੀਂ ਸਗੋਂ ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਅਦਾਕਾਰਾ ਜੈਲਲਿਤਾ ਦੀ ਹੈ, ਜਿਸ ਬਾਰੇ ਹੁਣ ਖਬਰ ਹੈ ਕਿ ਕੰਗਨਾ ਨੇ ਇਸ ਫਿਲਮ ਵਿੱਚ ਕੰਮ ਕਰਨ ਦੀ ਫੀਸ 24 ਕਰੋੜ ਰੁਪਏ ਮੰਗੀ ਹੈ। ਖਬਰਾਂ ਤਾਂ ਇਹ ਵੀ ਨੇ ਕਿ ਫਿਲਮ ਲਈ ਉਸਦੀ ਫੀਸ ਦੀ ਮੰਗ ਪੂਰੀ ਕੀਤੀ ਜਾ ਰਹੀ ਹੈ। ਕੰਗਨਾ ਨੂੰ ਫਿਲਮ ਦੇ ਲਈ 24 ਕਰੋੜ ਰੁਪਏ ਮਿਲ ਰਹੇ ਨੇ। ਕੰਗਨਾ ਹਮੇਸ਼ਾ ਹੀ ਬਾਲੀਵੁੱਡ ਵਿੱਚ ਐਕਟਰੈਸ ਨੂੰ ਮਿਲਣ ਵਾਲੀ ਫੀਸ 'ਚ ਹੋਣ ਵਾਲੇ ਭੇਦਭਾਵ ਖਿਲਾਫ ਆਵਾਜ਼ ਬੁਲੰਦ ਕਰਦੀ ਰਹੀ ਹੈ। ਜੇ ਆਹ ਫਿਲਮ ਦੇ ਲਈ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਕੰਗਨਾ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਐਕਟਰੈਸ ਬਣ ਗਈ ਹੈ। ਇਸ ਫਿਲਮ ਨੂੰ ਹਿੰਦੀ ਵਿੱਚ ਜਯਾ ਤੇ ਤਮਿਲ ਵਿੱਚ ਪੁਰਾਚੀ ਥਲਾਈਵਾ ਦੇ ਨਾਂ ਨਾਲ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਡਾਇਰੈਕਸ਼ਨ ਏ.ਐਲ. ਵਿਜੇ ਕਰਨਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।